沃尔马ਟ कनाडा ਦੇ ਵੱਲੋਂ ਆਪਣੇ 6 ਸਟੋਰਸ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਕੰਪਨੀ ਆਪਣੇ ਬਾਕੀ ਸਟੋਰਸ ਨੂੰ ਅਪਗ੍ਰੇਡ ਕਰਨ ਦੇ ਲਈ 500 ਮਿਲੀਅਨ ਡਾਲਰ ਖਰਚ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦੇ ਨਾਲ ਹੀ沃尔马ਟ ਨੇ ਦੱਸਿਆ ਕਿ ਉਸ ਦੇ ਵੱਲੋਂ ਆਪਣੇ ਆਨਲਾਈਨ ਬਿਜ਼ਨਸ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਿਸਿਸ ਸਾਗਾਂਟਰੀਓ ਸਥਿਤ ਰਿਟੇਲਰ ਨੇ ਦੱਸਿਆ ਹੈ ਕਿ ਉਸ ਦੇ ਵੱਲੋਂ ਅਨਟੈਰੀਓ ਦੇ ਆਪਣੇ 3 ਸਟੋਰਸ ਅਲਬੋਰਾ ਦੇ ਵਿੱਚ 2 ਤੇ ਨਿਊਫਾਉਂਡਲੈਂਡ ਐਂਡ ਲੈਬਰਡੋਰ ਦੇ ਵਿੱਚ 1 ਸਟੋਰ ਬੰਦ ਕੀਤਾ ਜਾ ਰਿਹਾ ਹੈ ਕੰਪਨੀ ਨੇ ਆਖਿਆ ਕਿ ਵਰਕਰਸ ਨੂੰ ਨੇਡਲੇ ਸਟੋਰਸ ਦੇ ਉੱਤੇ ਨੌکریاں ਦਿੱਤੀਆਂ ਜਾਣਗੀਆਂ ਇਸ ਦੌਰਾਨ வால்ਮਰਟ ਕੈਨੇਡਾ ਨੇ ਆਖਿਆ ਹੈ ਕਿ ਸਕੋਰਬੋ ਵੈਸਟ வால்ਮਰਟ ਸੁਪਰ ਸੈਂਟਰ ਦੇ ਅੰਦਰ ਸਥਿਤ ਉਹਨਾਂ ਦੀ ਪਹਿਲੀ ਔਰਮੇਟਿਡ ਮਾਰਕਿਟ ਫੁੱਲਫਿਲਮੈਂਟ ਸੈਂਟਰ ਨੂੰ ਲਾਂਚ ਕਰਨ ਦੇ ਵੱਲ ਵੀ ਧਿਆਨ ਦਿੱਤਾ ਜਾਏਗਾ ਕੰਪਨੀ ਦੇ ਵੱਲੋਂ ਜਿਹੜਾ 500 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ ਉਸ ਦੇ ਵਿੱਚੋਂ ਹੀ ਇਸ ਪਾਸੇ ਵੀ ਮੋਟੀ ਰਕਮ ਲਈ ਜਾਵੇਗੀ ਕੰਪਨੀ ਨੇ ਆਖਿਆ ਹੈ ਕਿ ਇਸ ਕੰਮ ਦੇ ਲਈ ਉਸਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਇਸ ਦੌਰਾਨ ਆਟੋਮੇਟਿਡ ஆன்ਲਾਈਨ ਅ ਗ੍ਰੋਸਰੀ ਪਿਕਿੰਗ ਡਿਸਪੈਂਸਿੰਗ ਤੇ ਆਟੋਮੇਟਿਡ ਕਿਓਕਸ ਤਿਆਰ ਕੀਤੇ ਜਾਣਗੇ ਜੋ ਕਿ ਆਨਲਾਈਨ ਗਰੋਸਰੀ ਆਰਡਰ ਦੇ ਲਈ ਵੈਂਡਿੰਗ ਮਸ਼ੀਨਾਂ ਦੇ ਵਜੋਂ ਕੰਮ ਕਰਨਗੇ வால்ਮਾਰਟ ਕੈਨੇਡਾ ਦੇ ਪ੍ਰੈਜ਼ੀਡੈਂਟ ਤੇ ਸੀਈਓ ਗੋਰਾਸ਼ਿਓ ਬਾਰਬੇਟੋਨੇ ਆਖਿਆ ਕਿ ਕੰਪਨੀ ਆਪਣੇ ਕਾਰੋਬਾਰ ਦੇ ਸਾਰੇ ਪੱਖਾਂ ਨੂੰ ਆਧੁਨਿਕ ਰੂਪ ਦੇਣਾ ਚਾਹੁੰਦੀ ਹੈ ਤੇ ਇਸ ਦੇ ਲਈ ਵੱਖ-ਵੱਖ ਜਿਹੜੇ ਚੈਨਲਸ ਦੀ ਵਰਤੋਂ ਕੀਤੀ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ